ਬਾਨਾ ਸਿੱਧੂ ਜੀ ਨੇ ਸਾਡੇ ਪੂਰੇ ਦੇ ਪੂਰੇ ਪੈਸੇ ਸਾਨੂੰ ਦਵਾਏ ਆ। ਉਹਨਾਂ ਨੇ ਕਿਹਾ ਜੀ 93,92 ਦੇਵਾਂਗੇ, ਪਰ 15 ਲੱਖ ਅਸੀਂ ਦਿੱਤਾ ਸੀ, ਸਾਡੇ ਪੂਰੇ ਦੇ ਪੂਰੇ 15 ਲੱਖ ਹੀ ਆਏ ਆ। ਜਿਹੜੇ ਬੰਦੇ ਨੂੰ 1 ਲੱਖ ਰੁਪਈਆ ਸਾਡੇ ਵਾਲੇ 'ਚੋਂ ਬਣਾ ਸਕਦਾ ਸੀ, ਉਹਨੇ ਉਹਦੇ 'ਚੋਂ 10,000 ਤਾਂ ਉਹਨੇ 1 ਲੱਖ ਰੁਪਈਆ ਤਾਂ ਲਿੱਤਾ ਨਹੀਂ, ਅਤੇ 10,000 ਰੁਪਏ ਵਿੱਚ ਇਹੋ ਜਿਹਾ ਬੰਦਾ ਤਾਂ ਵਿਕ ਨਹੀਂ ਸਕਦਾ। ਮੈਂ ਨਹੀਂ ਮੰਨਦਾ ਜੀ ਇਹ ਚੀਜ਼। ਕਈ ਵਾਰ ਇੱਦਾਂ ਵੀ ਹੁੰਦਾ ਚਾਹੀਦਾ 15 ਲੱਖ ਵਾਪਸ ਆਇਆ ਵਿੱਚੋਂ ਕਿਸੇ ਬੰਦੇ ਨੂੰ ਦੇ ਦਈਏ, ਤੁਸੀਂ ਕੋਸ਼ਿਸ਼ ਕੀਤੀ ਭਾਵੇਂ ਉਹਨੂੰ ਪੈਸੇ ਦੇਣ ਦੀ ਦੇ ਦਈਏ ਚੱਲੇ? ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਕੋਈ ਮਾਨਤਾਨ ਬੰਦਾ ਤਾਂ ਦੱਸ ਦਿਉ। ਉਹ ਕਹਿੰਦੇ ਵੀਰੇ ਮੈਂ ਸੇਵਾ ਵਾਸਤੇ ਹੈ। ਉਹਨਾਂ ਨੇ ਕੋਈ ਪੈਸਾ ਨਹੀਂ ਲਿੱਤਾ ਸਾਡੇ ਕੋਲੋਂ, ਠੀਕ ਹੈ, ਕੋਈ ਸੇਵਾ ਪਾਣੀ ਨਹੀਂ ਮਤਲਬ ਸਾਡੇ ਕੋਲੋਂ ਲਿੱਤੀ। ਹਾਂ, ਸਾਨੂੰ ਚਾਹ ਪਾਣੀ ਪਿਆਇਆ, ਮਾਨਤਾਨ ਕੀਤਾ ਵਾ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਹੜੀ ਕੁੜੀ ਸੁਸਾਈਡ ਕਰਨ ਦੀਆਂ ਗੱਲਾਂ ਸੋਚਦੀ ਸੀ ਵੀ ਮੇਰੇ ਘਰ ਵਾਲੇ ਦੇ ਪੈਸੇ ਫਸ ਗਏ ਆ, ਮੈਂ ਪ੍ਰੈਗਨੈਂਟ ਹਾਲਾਤ ਦੇ ਵਿੱਚ ਹੈ, ਅਤੇ ਉਹ ਕੀ ਉਹ ਮਤਲਬ ਉਹਦੇ ਟਾਈਮ ਬੜਾ ਔਖਾ ਸੀਗਾ, ਅਤੇ ਉਹਨੂੰ ਉਸ ਟਾਈਮ 'ਚੋਂ ਬਾਹਰ ਕੱਢ ਕੇ ਕੁੜੀ ਦੇ ਉੱਤੇ ਤਰਸ ਕੀਤਾ ਉਹਨੇ ਬੱਚੀ 'ਤੇ, ਅਤੇ ਆਪਦਾ ਭੈਣ ਆਪਦੀ ਬੱਚੀ ਸਮਝ ਕੇ ਉਹਦੇ ਪੈਸੇ ਸਾਰੇ ਵਾਪਸ ਦਵਾਏ ਆ। ਘੱਟੋ ਘੱਟ 100 ਕਰੋੜ ਦੇ ਆਸ ਪਾਸ ਲੋਕਾਂ ਦਾ ਪੈਸਾ ਵਾਪਸ ਦਵਾ ਚੁੱਕੇ ਹੋਣਗੇ ਇਹ, ਇੰਨੀ ਵੱਡੀ ਅਮਾਊਂਟ ਹੈ ਜਿਹੜੀਆਂ। ਲੱਗਦਾ ਵੀ 10,000 ਰੁਪਈਆ ਮੰਗ ਸਕਦਾ ਹੋ ਕਿ? ਮੈਨੂੰ ਨਹੀਂ ਲੱਗਦਾ ਜੀ, ਅਸੀਂ ਤਾਂ ਇਹ ਸੋਚਦੇ ਸੀਗੇ ਜੇ 20-50 ਹਜ਼ਾਰ ਵੀ ਦੇਣਾ ਪਿਆ ਕੋਈ ਗਿਫਟ ਦੇ ਦਿੰਦੇ ਹਾਂ, ਪਰ ਉਹਨਾਂ ਨੇ ਉਹ ਕਹਿੰਦੇ ਅਸੀਂ ਤੁਸੀਂ ਖਰਚਾ ਪਾਣੀ ਦੀ ਗੱਲਾਂ ਨਾ ਕਰੋ, ਚਾਹ ਪਾਣੀ ਪੀਓ ਸਾਡੇ ਕੋਲੋਂ, ਕੋਈ ਹੋਰ ਸੇਵਾ ਤਾਂ ਦੱਸੋ, ਅਸੀਂ ਭਲਾ ਕਰਨ ਵਾਸਤੇ ਬੈਠੇ ਨਾ ਕਿ ਤੁਹਾਡਾ ਸ਼ੋਸ਼ਣ ਕਰਨ ਵਾਸਤੇ ਬੈਠੇ। ਪਰ ਲੋਕ ਇਹ ਵੀ ਸਵਾਲ ਚੱਕ ਰਹੇ ਵਿੱਚ ਵੀ ਯਾਰ ਇੰਨਾ ਕੰਮ ਕਰੀ ਜਾਂਦਾ, ਤੁਰਿਆ ਫਿਰਦਾ ਚੰਡੀਗੜ੍ਹ, ਕਦੇ ਕਿਸੇ ਦੇ ਪੈਸੇ ਦਵਾਉਂਦਾ, ਨਾਲ ਵੀ ਜਾਣਾ ਪੈਂਦਾ, ਵੀ ਫ੍ਰੀ 'ਚ ਕੌਣ ਕਰਦਾ ਕੁਛ? ਜਿਸ ਬੰਦੇ ਨੇ ਭਲਾ ਕਰਨਾ ਹੈ ਉਹ ਇਹ ਨਹੀਂ ਦੇਖਦਾ ਵੀ ਮੈਨੂੰ ਪ੍ਰੋਫਿਟ ਹੋਵੇ ਕਿ ਕੀ ਹੈ। ਭਾਵੇਂ ਸਿੱਧੂ ਕੋਲ ਜਾਂਦੇ ਰਹੇ ਹੋ, ਗੱਲਬਾਤ ਹੁੰਦੀ ਰਹੀ ਆ, ਕਿਸੇ ਨੂੰ ਵੀ ਉਹਨੇ ਕਿਹਾ ਹੋਵੇ ਕਦੇ ਵੀ ਯਾਰ ਜਾਂ ਤੂੰ ਮੇਰੇ ਆਹ ਸਮਾਨ ਲਿਆ ਦੇ ਮੈਨੂੰ, ਜਾਂ ਮੇਰਾ ਕਦੇ ਤੇਲ ਪਵਾ ਦੇ ਗੱਡੀ 'ਚ, ਕੋਈ ਚੀਜ਼ ਲਿਆ ਦੇ ਮੈਨੂੰ, ਜਾਂ ਪੈਸੇ ਦੇ ਕੁਛ ਕਿਹਾ ਕਦੇ ਲੱਗਿਆ? ਨਹੀਂ ਜੀ ਨਹੀਂ, ਇਹੋ ਜਿਹਾ ਕੁਛ ਵੀ ਨਹੀਂ ਹੈ। ਅਸੀਂ ਤਾਂ ਸੁਗੰਧੀ ਖੁਦ ਜਿਹੜੇ ਮੇਰੇ ਦੋਸਤ ਸੀ, ਮੇਰੇ ਯਾ ਮਤਲਬ ਭਾਈ ਸਾਹਿਬ ਸਾਡੇ ਨਾਲ ਗਏ ਸੀ, ਜਿਨ੍ਹਾਂ ਦੀ ਬੇਟੀ ਹੈ ਭਤੀਜੀ ਸਾਡੀ, ਉਹਨਾਂ ਨੇ ਤਾਂ ਖੁਦ ਕਿਹਾ ਸੀ ਵੀ ਕੋਈ ਸੇਵਾ ਦੱਸੋ, ਉਹ ਕਹਿੰਦੇ ਯਾਰ ਕੁਛ ਵੀ ਨਹੀਂ। ਤੁਸੀਂ ਵੈਸੇ ਪਹਿਲਾਂ ਜਾਣਦੇ ਸੀ ਭਾਵੇਂ ਸਿੱਧੂ ਨੂੰ ਇਸ ਚੀਜ਼ ਤੋਂ ਪਹਿਲਾਂ? ਨਹੀਂ ਜੀ, ਅਸੀਂ ਤਾਂ ਬਿਲਕੁਲ ਵੀ ਕੋਈ ਇਹੋ ਜਿਹੀ ਗੱਲਬਾਤ ਨਹੀਂ, ਪਹਿਲੀ ਵਾਰੀ ਮਿਲੇ ਸੀਗੇ ਅਤੇ ਉਹਨਾਂ ਨੂੰ ਆਪਦਾ ਦੁੱਖ ਦੱਸਿਆ, ਅਤੇ ਉਹ ਕਹਿੰਦੇ ਨਹੀਂ ਤੁਸੀਂ ਆਪਦੇ ਸਬੂਤ ਦਿਖਾਓ ਕੀ ਆ ਜਿਹੜੇ ਆ, ਵੀ ਅਸੀਂ ਸਾਰਾ ਦੱਸਿਆ ਅਤੇ ਉਹਨਾਂ ਨੇ ਦੱਸ ਵੀ ਦਿੱਤਾ, ਏਜੰਟ ਵੀ ਮੰਨ ਗਏ ਸੀਗੇ ਵੀ ਹਾਂ ਆਹ ਚੀਜ਼ ਹੋਈ ਆ, ਅਤੇ ਫਿਰ ਉਹਨਾਂ ਨੇ ਪੈਸੇ ਵਾਪਸ ਤਾਂ ਹੀ ਉਹ ਕੀਤੇ ਆ ਜੀ। ਉਹ 1 ਲੱਖ ਰੁਪਇਆ ਰੱਖ ਵੀ ਸਕਦੇ ਸੀ ਭਾਨਾ ਸਿੱਧੂ, ਨਹੀਂ ਰੱਖਿਆ ਉਹਨਾਂ ਨੇ, ਸਾਨੂੰ ਪੂਰਾ 15 ਲੱਖ ਹੀ ਦਿੱਤਾ ਸਾਨੂੰ ਤਾਂ, ਸਾਨੂੰ ਤਾਂ 15 ਲੱਖ ਹੀ ਦਵਾਇਆ, ਅਤੇ 10,000 ਜਿਹੜਾ ਬੰਦਾ 1 ਲੱਖ ਰੁਪਏ ਦੀ ਔਫਰ ਖਾ ਰੱਖ ਸਕਦਾ ਸੀ ਉਹ ਨਹੀਂ ਖਾਧਾ ਉਹਨੇ, ਅਤੇ ਹੁਣ ਉਹ 10,000 ਰੁਪਇਆ ਤਾਂ ਕਿਉਂ ਲਊਗਾ? ਮੈਨੂੰ ਤਾਂ ਸਮਝ ਨਹੀਂ ਆ ਰਹੀ ਇਹ ਗੱਲ। ਸਾਡੇ ਪਰਿਵਾਰ ਨੂੰ ਜਿਹੜੇ ਮੇਰੇ ਹੈਗੇ ਆ, ਜਿਹੜੀ ਭਤੀਜੀ ਆ, ਉਹ ਤਾਂ ਕਹਿੰਦੇ ਬੱਚੀ ਵੀ ਨਾਲ ਜਾ ਨਹੀਂ ਤਿਆਰ ਆ, ਵੀ ਦੱਸੋ ਕੀ ਹੈ, ਵੀ ਸਾਡੇ ਕੋਲ ਤਾਂ ਕੋਈ ਰੁਪਈਆ ਨਹੀਂ ਖਾਧਾ। ਜਦੋਂ ਵੀ ਅਸੀਂ ਜਾਂਦੇ ਸੀ ਘੱਟੋ ਘੱਟ 100-150 ਬੰਦਾ ਬੈਠਾ ਹੁੰਦਾ ਸੀ, ਚਾਹ ਦਾ ਲੰਗਰ ਤੱਕ ਲੱਗਿਆ ਹੁੰਦਾ ਸੀ, ਹਰ ਇੱਕ ਬੰਦਾ ਬੈਠਾ ਹੁੰਦਾ ਸੀ, ਆਪਦਾ ਦੁੱਖ ਦੱਸ ਰਿਹਾ ਹੁੰਦਾ ਸੀ, ਜਿੰਨੇ ਕੁ ਜੋਗੇ ਸੀ ਉਹ ਮਦਦ ਕਰਦੇ ਸੀ, ਅਸੀਂ ਤਾਂ ਇਹੀ ਦੇਖਿਆ। ਲੋਕਵਾਦ ਟੀਵੀ ਨਾਲ ਜੁੜੇ ਹੋ ਤੁਸੀਂ, ਮਾਇਆ ਹਮਤਾਜ ਦੋਸਤੋ। ਪਿਛਲੇ ਦਿਨੀ ਭਾਨੇ ਸਿੱਧੂ ਉੱਪਰ 1,10,000 ਰੁਪਏ ਦੀ ਫਰੌਤੀ ਮੰਗਣ ਦਾ ਕੇਸ ਪਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਚਰਚਾ ਕਿ ਉਸਨੇ ਫਰੌਤੀ ਮੰਗੀ ਜਾਂ ਨਹੀਂ, ਇਹ ਗੱਲ ਸਾਈਡ 'ਤੇ ਆ, ਪਰ ਨਾਲ ਹੀ ਕੁਝ ਲੋਕ ਕਹਿ ਰਹੇ ਕਿ ਕੀ ਉਹ ਲੋਕਾਂ ਦੇ ਪੈਸੇ ਵਾਪਸ ਦਵਾਉਂਦਾ ਵੀ ਸੀ। ਤਾਂ ਇੱਕ ਉਸ ਪਰਿਵਾਰ ਨਾਲ ਮਿਲਾਉਣ ਜਾ ਰਹੇ ਹਾਂ ਜਿਹਦੇ ਭਾਨੇ ਸਿੱਧੂ ਨੇ ਤਕਰੀਬਨ 15 ਤੋਂ 16 ਲੱਖ ਰੁਪਏ ਇੱਕ ਏਜੰਟ ਕੋਲੋਂ ਮੜਵਾਏ ਨੇ। ਅਜਿਹੇ ਹੋਰ ਕਈ ਪਰਿਵਾਰ ਨੇ, ਸੈਂਕੜੇ ਪਰਿਵਾਰ ਨੇ ਜਿਹਨਾਂ ਦੇ ਉਹਨੇ ਪੈਸੇ ਮੰਗਵਾਏ ਨੇ। ਗੱਲਬਾਤ ਕਰਦੇ ਹਾਂ ਪਰਿਵਾਰ ਸਾਡੇ ਨਾਲ ਮੌਜੂਦ ਆ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਤੁਹਾਡਾ ਨਾਮ ਕੀ ਹੈ ਜੀ ਸਭ ਤੋਂ ਪਹਿਲਾਂ? ਮੇਰਾ ਨਾਮ ਮੋਹਿਤ ਵਰਮਾ ਜੀ। ਮੋਹਿਤ ਵਰਮਾ, ਅੱਛਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੋਊਗਾ ਜੀ, ਭਾਨੇ ਸਿੱਧੂ ਉੱਤੇ ਪਰਚਾ ਕਰਤਾ 10,000 ਫਰੌਤੀ ਮੰਗਣ ਦਾ। ਹਾਂਜੀ, ਜਿਹੜੇ ਆਪਣਾ ਕੇਸ ਸੀਗਾ, ਤੁਸੀਂ ਕਿਵੇਂ ਏਜੰਟ ਕੋਲ ਫਸੇ, ਕਿਵੇਂ ਉਹਨਾਂ ਠੱਗੀ ਹੋਈ, ਪਹਿਲਾਂ ਤਾਂ ਉਹਦੇ ਬਾਰੇ ਚਾਨਣਾ ਪਾਇਓ ਸਰ। ਸਰ ਸਾਨੂੰ ਇੱਕ ਆਪਣਾ ਸੋਸ਼ਲ ਮੀਡੀਆ 'ਤੇ ਐਡ ਦਿਖੀ ਸੀਗੀ ਚੰਡੀਗੜ੍ਹ ਦੀ, ਅਸੀਂ ਉੱਥੇ ਆਪਦੀ ਭਤੀਜੀ ਦਾ ਕੇਸ ਲਾਇਆ, ਅਤੇ ਉਹਨਾਂ ਨੇ 1.5 ਸਾਲ ਦੇ ਕਰੀਬ ਸਾਡੀ ਭਕਾਈ ਕਰਾਈ,
ਅਤੇ ਜਦੋਂ ਅਸੀਂ ਆਪਣਾ ਉਹਨਾਂ ਨੂੰ ਕਿਹਾ ਵੀ ਸਾਡੇ ਵੀਜ਼ੇ ਦਾ ਕੀ ਅਪਡੇਟ ਹੈ ਸਾਨੂੰ ਦੱਸਿਆ ਜਾਵੇ, ਤਾਂ ਉਹਨਾਂ ਨੇ ਕੁਛ ਵੀ ਨਹੀਂ ਦੱਸਿਆ। ਡੇਢ ਸਾਲ ਸਾਡੀ ਭਕਾਈ ਕਰਾਈ ਗਏ, ਅਸੀਂ ਉਹਨਾਂ ਕੋਲ ਬੜੇ ਬਥੇਰੀ ਵਾਰੀ ਗਏ ਆ, ਮੈਂ ਗਿਆ, ਮੇਰਾ ਜਿਹੜੇ ਨਾਲ ਸੀਗੇ ਜਿਨ੍ਹਾਂ ਦੀ ਬੇਟੀ ਸੀ ਅਸੀਂ ਉਹ ਵੀ ਨਾਲ ਗਏ, ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਅਸੀਂ ਜਦੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ, ਬੇਟੀ ਸੀਗੀ ਪ੍ਰੈਗਨੈਂਟ ਮੇਰੇ ਜਿਹੜੀ ਭਤੀਜੀ ਸੀ, ਅਸੀਂ ਉਹਨੂੰ ਨਾਲ ਲੈ ਕੇ ਗਏ ਵੀ ਉਸ ਅਵਸਥਾ ਦੇ ਵਿੱਚ ਵੀ ਗਈ ਨਾਲ ਉਹਦੇ ਕੋਲ, ਉਹਨੂੰ ਦੱਸਿਆ ਸਾਰਾ ਜਾ ਕੇ ਵੀ ਆਹ ਹਾਲਾਤ ਹੈ ਅਤੇ ਇਹਦੇ ਪੈਸੇ ਆ ਜਿਹੜੇ ਵਾਪਸ ਦੇ ਦਿਉ, ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਅਸੀਂ ਫਿਰ ਦੋ ਚਾਰ ਬੰਦੇ ਹੋਰ ਨਾਲ ਰਸ਼ ਕਰਕੇ ਗਏ ਉੱਥੇ ਕੋਲ, ਤਾਂ ਉਹਨਾਂ ਨੇ ਕੀ ਕੀਤਾ, ਸਾਨੂੰ ਦੋ ਚੈੱਕ ਦੇ ਦਿੱਤੇ, ਅਤੇ ਜਦੋਂ ਅਸੀਂ ਚੈੱਕ ਦਿੱਤੇ ਅਤੇ ਉਹਨਾਂ ਨੇ ਦੋ ਚੈੱਕ ਦਿੱਤੇ ਜਿਹੜੇ ਕਿ ਇੱਕ ਮਹੀਨੇ ਦੇ ਮਤਲਬ ਸੀਗਾ ਡਿਫਰੈਂਸ ਉਹਨਾਂ ਦਾ, ਅਤੇ ਜਦੋਂ ਅਸੀਂ ਉਹ ਚੈੱਕ ਲਾਏ ਤਾਂ ਦੋਨੇ ਦੇ ਦੋਨੇ ਚੈੱਕ ਹੀ ਬਾਊਂਸ ਹੋ ਗਏ। ਇਸੇ ਦੌਰਾਨ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੇ ਭਾਨਾ ਸਿੱਧੂ ਵੀਰ ਜੀ ਆ, ਜੋ ਵੀ ਆ, ਉਹਨਾਂ ਨੇ ਮਤਲਬ ਇੱਕ ਅਭਿਆਨ ਚਲਾਇਆ ਹੋਇਆ, ਜਿਹੜੇ ਵਿਚਾਰੇ ਨਿਰਾਸ਼ ਹੋ ਜਾਂਦੇ ਆ, ਜਿਨ੍ਹਾਂ ਦੇ ਪੈਸੇ ਫਸੇ ਹੁੰਦੇ ਆ ਏਜੰਟਾਂ ਦੇ ਕੋਲ, ਉਹਨਾਂ ਦੇ ਪੈਸੇ ਕਢਾ ਕੇ ਦਿੰਦੇ ਆ, ਅਤੇ ਉਹਦੇ ਵਿੱਚ ਉਹਨਾਂ ਦਾ ਕੋਈ ਆਪਦਾ ਮਹੱਤਵ ਨਹੀਂ ਹੈਗਾ ਕਿ ਉਹਨਾਂ ਨੂੰ ਕੋਈ ਸ਼ੋਹਰਤ ਮਿਲੇ ਜਾਂ ਸਿਰਫ ਲੋਕਾਂ ਦਾ ਲੋਕ ਭਲਾਈ ਵਾਸਤੇ ਹੀ ਕਰ ਰਹੇ ਆ ਉਹ, ਅਤੇ ਅਸੀਂ ਇਸੇ ਕਰਕੇ ਮਤਲਬ ਉਹਨਾਂ ਨੂੰ ਮਿਲੇ। ਫਿਰ ਉਹਨਾਂ ਨੂੰ ਜਦੋਂ ਮਿਲੇ ਤਾਂ ਉਹਨਾਂ ਨੂੰ ਆਪਦੀ ਸਾਰੀ ਕਹਾਣੀ ਦੱਸੀ, ਤਾਂ ਉਹਨਾਂ ਨੇ ਸਾਡੀ ਗੱਲ ਸੁਣੀ ਧਿਆਨ ਦੇ ਨਾਲ, ਅਤੇ ਉਹਨਾਂ ਦੇ ਏਜੰਟਾਂ ਨੂੰ ਗੱਲ ਕੀਤੀ, ਅਤੇ ਉਹਨਾਂ ਨੇ ਸਾਡਾ ਪੂਰੇ ਦਾ ਪੂਰਾ ਪੈਸਾ 15 ਲੱਖ ਰੁਪਈਆ ਸਾਨੂੰ ਵਾਪਸ ਦਵਾਇਆ, ਜਦਕਿ ਸਾਨੂੰ ਜਿਹੜੇ ਚੈੱਕ ਮਿਲੇ ਸੀ 13,92,000 ਦੇ ਮਿਲੇ ਸੀਗੇ। ਉਹ ਮੈਂ ਤੁਹਾਨੂੰ ਮੌਜੂਦਾ ਦਿਖਾ ਵੀ ਸਕਦਾ, ਚੈੱਕ ਆਹ ਚੈੱਕ ਪਏ ਆ ਉਹ, ਠੀਕ ਹੈ, ਦੋ ਚੈੱਕ ਮਿਲੇ ਸੀਗੇ ਅਤੇ ਦੋਨੇ ਦੇ ਦੋਨੇ ਬਾਊਂਸ ਹੋ ਗਏ, ਅਤੇ ਬੈਂਕ ਨੇ ਸਟੇਟਮੈਂਟ ਵੀ ਦਿੱਤੀ ਨਾਲ ਵੀ ਚੈੱਕ ਬਾਊਂਸ ਹੋ ਗਏ ਆ, ਇਨਸ਼ਫੀਸ਼ੀਐਂਟ ਬੈਲੈਂਸ ਸੀ ਉਹਨਾਂ ਦਾ, ਅਤੇ ਉਹਨਾਂ ਨੇ ਸਾਡੇ ਨਾਲ ਧੋਖਾਧੜੀ ਕਰ ਲਈ ਸੀਗੀ। ਪਰ ਭਾਨਾ ਸਿੱਧੂ ਜੀ ਨੇ ਸਾਡੇ ਪੂਰੇ ਦੇ ਪੂਰੇ ਪੈਸੇ ਸਾਨੂੰ ਦਵਾਏ ਆ, ਉਹਨਾਂ ਨੇ ਕਿਹਾ ਜੀ 13,92,000 ਦੇਵਾਂਗੇ, ਪਰ 15 ਅਸੀਂ ਦਿੱਤਾ ਸੀ, ਸਾਡੇ ਪੂਰੇ ਦੇ ਪੂਰੇ 15 ਲੱਖ ਹੀ ਆਏ ਆ। ਹਾਂ, ਕਿਸ਼ਤਾਂ ਦੇ ਵਿੱਚ ਪੈਸੇ ਦਿੱਤੇ ਏਜੰਟ ਨੇ ਵਾਪਸ ਕੀਤੇ ਆ, ਪਰ ਸਾਡੀ ਰਕਮ ਪੂਰੀ ਆਈ ਆ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਧੰਨਵਾਦ ਕਰਨ ਲਈ ਗਏ ਵੀ ਕੋਈ ਸੇਵਾ ਦੱਸੋ, ਉਹਨਾਂ ਨੇ ਕੋਈ ਪੈਸਾ ਨਹੀਂ ਲਿੱਤਾ ਸਾਡੇ ਕੋਲੋਂ, ਠੀਕ ਹੈ, ਕੋਈ ਸੇਵਾ ਪਾਣੀ ਨਹੀਂ ਮਤਲਬ ਸਾਡੇ ਕੋਲੋਂ ਲਿੱਤੀ। ਹਾਂ, ਸਾਨੂੰ ਚਾਹ ਪਾਣੀ ਪਿਆਇਆ, ਮਾਨ ਤਾਨ ਕੀਤਾ ਵਾ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਨੂੰ ਨਹੀਂ ਪਤਾ ਵੀ ਉਹ ਲੋਕਾਂ ਦੇ ਨਾਲ ਵੀ 10,000 ਲੈ ਸਕਦੇ ਆ ਨਹੀਂ ਲੈ ਸਕਦੇ, ਪਰ ਸਾਡੇ ਉਸ ਬੰਦੇ ਨੇ 1 ਰੁਪਈਏ ਦੇ ਰਵਾਦਾਰ ਨਹੀਂ ਸਾਡੇ ਪੈਸੇ ਪੂਰੇ ਵਾਪਸ ਦਵਾਏ, 15 ਲੱਖ ਰੁਪਈਆ ਸਾਡਾ ਵਾਪਸ ਆਇਆ ਹੈ। ਵਾਪਸ ਆਇਆ, ਜਿਵੇਂ ਤੁਸੀਂ ਕਿਹਾ ਕਿ 15 ਲੱਖ ਰੁਪਈਆ ਵਾਪਸ ਹੋਇਆ, ਵੱਡੀ ਰਕਮ ਹੁੰਦੀ ਹੈ 15 ਲੱਖ। ਕਈ ਵਾਰ ਇੱਦਾਂ ਵੀ ਹੁੰਦਾ, ਚੱਲ ਯਾਰ 15 ਲੱਖ ਵਾਪਸ ਆਇਆ, ਵਿੱਚੋਂ ਕਿਸੇ ਬੰਦੇ ਨੂੰ ਦੇ ਦਈਏ, ਤੁਸੀਂ ਕੋਸ਼ਿਸ਼ ਕੀਤੀ ਭਾਵੇਂ ਇਹਨੂੰ ਪੈਸੇ ਦੇਣ ਵੀ ਦੇ ਦਈਏ? ਚੱਲ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਕੋਈ ਮਾਨ ਤਾਨ ਬਣਦਾ ਤਾਂ ਦੱਸ ਦਿਉ, ਉਹ ਕਹਿੰਦੇ ਵੀਰੇ ਮੈਂ ਸੇਵਾ ਵਾਸਤੇ ਹੈ, ਤੁਸੀਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੋ, 1.5 ਸਾਲ ਹੋ ਗਿਆ ਤੁਸੀਂ ਆਪਦੇ ਪੈਸਿਆਂ ਵਾਸਤੇ ਪਰੇਸ਼ਾਨ ਹੋਏ ਫਿਰਦੇ ਹੋ, ਅਤੇ ਉਹਨਾਂ ਨੇ ਬੱਚੇ ਦੀ ਹਾਲਤ ਦੇਖੀ ਅਤੇ ਉਹਨੂੰ ਤਰਸ ਆਇਆ, ਅਤੇ ਉਹਨਾਂ ਨੇ ਆਪਦਾ ਪੂਰਾ ਆਪਦਾ ਮਿਹਨਤ ਕੀਤੀ ਅਤੇ ਸਾਡੇ ਪੈਸੇ ਵਾਪਸ ਦਵਾਤੇ। ਇਹ ਜਿਹੜਾ ਕੇਸ ਲਾਇਆ ਸੀ ਵੀਜ਼ਾ, ਮਤਲਬ ਕਿੱਥੋਂ ਦਾ ਅਪਲਾਈ ਕੀਤਾ ਤੁਸੀਂ? ਇਹ ਕੈਨੇਡਾ ਦਾ ਅਪਲਾਈ ਕੀਤਾ ਸੀਗਾ ਜੀ, ਅਤੇ ਉਹਨਾਂ ਦੇ 2-3 ਬੱਚੇ ਬਾਹਰ ਹੀ ਸੀ ਪਹਿਲਾਂ ਹੀ, ਅਤੇ ਉਹ ਗੁੜੀਆ ਇੱਕ ਸੀਗੀ ਜਿਹਦਾ ਨਹੀਂ ਬਣਿਆ ਸੀਗਾ, ਅਸੀਂ ਉੱਥੇ ਲਾਇਆ ਵੀ ਚੰਡੀਗੜ੍ਹ ਵਧੀਆ ਵੈ ਅਤੇ ਉੱਥੇ, ਪਰ ਉੱਥੇ ਗੱਲ ਨਹੀਂ ਬਣੀ ਜੀ। ਜਿਵੇਂ ਤੁਸੀਂ ਵਾਪਸ ਲੈਣ ਲਈ ਜਾਂਦੇ, ਸੁਣਵਾਈ ਤੁਹਾਡੀ ਕਰਦੇ ਸੀ ਏਜੰਟ ਪਹਿਲਾਂ? ਨਹੀਂ ਜੀ, ਉਹਨਾਂ ਨੇ ਤਾਂ ਬਹੁਤ ਬੇਇੱਜ਼ਤੀ ਕੀਤੀ ਆ, ਉਹ ਕਹਿੰਦੇ ਜੋ ਕਰ ਸਕਦੇ ਕਰ ਲਓ, ਤੁਹਾਡੇ ਕੋਲ ਪਰਚਾ ਵੀ ਨਹੀਂ ਕਰਾਇਆ ਜਾਣਾ, ਐਂ ਆ ਵੋ ਆ। ਅਸੀਂ ਫਿਰ ਨਿਰਾਸ਼ ਹੋ ਕੇ ਫਿਰ ਉਹਨਾਂ ਕੋਲ ਗਏ ਵੀ ਲਾਸਟ ਚਾਂਸ ਆ, ਦੇਖ ਲੈਂਦੇ ਆ, ਨਹੀਂ ਤਾਂ ਕੋਰਟ ਦੇ ਵਿੱਚ ਤਾਂ ਪਾਉਣਾ ਹੀ ਪੈਣਾ ਵੈ, ਕੋਰਟ ਦਾ ਸਮਾਂ ਲੰਬਾ ਬਹੁਤ ਹੈ ਜੀ, 5 ਸਾਲ ਵੀ ਲੱਗ ਸਕਦੇ ਸੀ, ਇਸ ਕਰਕੇ ਅਸੀਂ ਇੱਕ ਲਾਸਟ ਚਾਂਸ ਦੇਖਿਆ, ਪਰ ਉਹਨਾਂ ਨੇ ਸਾਡੀ ਮਦਦ ਕੀਤੀ ਭਾਨਾ ਸਿੱਧੂ ਜੀ ਨੇ। ਤੁਸੀਂ ਵੈਸੇ ਪਹਿਲਾਂ ਜਾਣਦੇ ਸੀ ਭਾਨੇ ਸਿੱਧੂ ਨੂੰ ਇਸ ਚੀਜ਼ ਤੋਂ ਪਹਿਲਾਂ? ਨਹੀਂ ਜੀ, ਅਸੀਂ ਤਾਂ ਬਿਲਕੁਲ ਵੀ ਕੋਈ ਇਹੋ ਜਿਹੀ ਗੱਲਬਾਤ ਨਹੀਂ, ਪਹਿਲੀ ਵਾਰੀ ਮਿਲੇ ਸੀਗੇ ਅਤੇ ਉਹਨਾਂ ਨੂੰ ਆਪਦਾ ਦੁੱਖ ਦੱਸਿਆ, ਅਤੇ ਉਹ ਕਹਿੰਦੇ ਨਹੀਂ ਤੁਸੀਂ ਆਪਦੇ ਸਬੂਤ ਦਿਖਾਓ ਕੀ ਆ ਜਿਹੜੇ ਆ, ਵੀ ਅਸੀਂ ਸਾਰਾ ਦੱਸਿਆ ਅਤੇ ਉਹਨਾਂ ਨੇ ਦੱਸ ਵੀ ਦਿੱਤਾ, ਏਜੰਟ ਵੀ ਮੰਨ ਗਏ ਸੀਗੇ ਵੀ ਹਾਂ ਆਹ ਚੀਜ਼ ਹੋਈ ਆ, ਅਤੇ ਫਿਰ ਉਹਨਾਂ ਨੇ ਪੈਸੇ ਵਾਪਸ ਤਾਂ ਹੀ ਉਹ ਕੀਤੇ ਆ ਜੀ। ਹਾਂ,
15 ਲੱਖ ਹੈ ਜਿਹੜਾ ਉਹ 3-4 ਵਾਰੀ ਦੇ ਵਿੱਚ ਆਇਆ, 5 ਵਾਰੀ ਦੇ ਵਿੱਚ ਆਇਆ ਵਾਪਸ। ਕਿੰਨੇ ਕੁ ਸਮੇਂ ਦੇ ਵਿੱਚ ਪੈਸੇ ਵਾਪਸ ਆਏ ਗੱਲ ਕਰਨ? ਅੰਦਾਜ਼ਾ 2 ਮਹੀਨਿਆਂ ਦੇ ਵਿੱਚ ਵਾਪਸ ਆ ਗਏ। ਉਹਨਾਂ ਨੇ ਔਨਲਾਈਨ ਐਂਟਰੀਆਂ ਮਾਰੀਆਂ ਅਤੇ ਚੈੱਕ ਹਜੇ ਵੀ ਸਾਡੇ ਕੋਲ ਹੀ ਪਏ ਰਹਿ ਗਏ। ਕਾਰਨ ਕੀ ਹੈ? ਉਹ ਬੇਸ਼ਰਮ ਹੁੰਦੇ ਹੋਏ ਸਾਡੇ ਕੋਲ ਮੰਗੇ ਨਹੀਂ, ਪਰ ਅਸੀਂ ਤਾਂ ਦੇਣਦਾਰ ਹਾਂ, ਉਹਨਾਂ ਦੇ ਚੈੱਕ ਵਾਪਸ ਕਰ ਦੇਣੇ ਆ, ਸਾਡੇ ਪੈਸੇ ਆ ਗਏ ਵਾਪਸ ਜਿਹੜੇ, ਬਸ ਠੀਕ ਹੈ। ਸਾਡੀ ਭਤੀਜੀ ਦੇ ਕੋਲ ਹੀ ਹਾਂਜੀ ਆ ਚੈੱਕ ਪਏ ਆ ਜੀ, ਠੀਕ ਹੈ ਨਾ, ਬਾਊਂਸ ਹੋਏ ਚੁੱਕੇ ਆ ਚੈੱਕ। ਅਤੇ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਜਿਹੜੀ ਖਬਰ ਆ ਰਹੀ ਹੈ ਵੀ ਭਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ, ਵੀ ਉਹ ਧਰਨਾ ਚੱਕਣ ਦੇ 10,000 ਰੁਪਏ ਦੀ ਮੰਗ ਕਰ ਰਿਹਾ ਸੀਗਾ, ਵੀ ਫਰੌਤੀ ਮੰਗੀ, ਫਰੌਤੀ ਦਾ ਕੇਸ ਪਾਇਆ, ਲੱਗਦਾ ਵੀ 10,000 ਰੁਪਈਆ ਮੰਗ ਸਕਦਾ ਉਹ ਕਿਸੇ ਤੋਂ? ਮੈਨੂੰ ਨਹੀਂ ਲੱਗਦਾ ਜੀ, ਅਸੀਂ ਤਾਂ ਇਹ ਸੋਚਦੇ ਸੀਗੇ ਜੇ 20-50 ਹਜ਼ਾਰ ਵੀ ਦੇਣਾ ਪਿਆ ਕੋਈ ਗਿਫਟ ਦੇ ਦਿੰਦੇ ਹਾਂ, ਪਰ ਉਹਨਾਂ ਨੇ ਉਹ ਕਹਿੰਦੇ ਅਸੀਂ ਤੁਸੀਂ ਖਰਚਾ ਪਾਣੀ ਦੀ ਗੱਲਾਂ ਨਾ ਕਰੋ, ਚਾਹ ਪਾਣੀ ਪੀਓ ਸਾਡੇ ਕੋਲੋਂ, ਕੋਈ ਹੋਰ ਸੇਵਾ ਤਾਂ ਦੱਸੋ, ਅਸੀਂ ਭਲਾ ਕਰਨ ਵਾਸਤੇ ਬੈਠੇ ਨਾ ਕਿ ਤੁਹਾਡਾ ਸ਼ੋਸ਼ਣ ਕਰਨ ਵਾਸਤੇ ਬੈਠੇ ਹਾਂ। ਪਰ ਲੋਕ ਇਹ ਵੀ ਸਵਾਲ ਚੱਕ ਰਹੇ ਵਿੱਚ ਵੀ ਯਾਰ ਇੰਨਾ ਕੰਮ ਕਰੀ ਜਾਂਦਾ, ਤੁਰਿਆ ਫਿਰਦਾ ਚੰਡੀਗੜ੍ਹ, ਕਦੇ ਕਿਸੇ ਦੇ ਪੈਸੇ ਦਵਾਉਂਦਾ, ਨਾਲ ਵੀ ਜਾਣਾ ਪੈਂਦਾ, ਵੀ ਫ੍ਰੀ 'ਚ ਕੌਣ ਕਰਦਾ ਕੁਛ? ਜਿਸ ਬੰਦੇ ਨੇ ਭਲਾ ਕਰਨਾ ਹੈ ਉਹ ਇਹ ਨਹੀਂ ਦੇਖਦਾ ਵੀ ਮੈਨੂੰ ਪ੍ਰੋਫਿਟ ਹੋਵੇ ਕਿ ਕੀ ਹੈ, ਜਿਸ ਨੇ ਭਲਾ ਕਰਨਾ ਉਹ ਆਪਦੇ ਕੋਲੋਂ ਵੀ ਜੇਬ 'ਚੋਂ ਪੈਸਾ ਲਾ ਸਕਦਾ ਵੈ। ਇਹ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਵਪਾਰ ਵਾਸਤੇ ਹੀ ਕੰਮ ਕਰਦਾ ਵੈ, ਭਲਾ ਕਰਨ ਦੇ ਵਿੱਚ ਕਿਸੇ ਦੇ ਵਿੱਚ ਕੋਈ ਵਪਾਰ ਦੀ ਇਹੋ ਜਿਹੀ ਭਾਵਨਾ ਨਹੀਂ ਹੁੰਦੀ ਬੰਦੇ ਦੀ। ਤੁਸੀਂ ਜਿਵੇਂ ਜਾਣਦੇ ਰਹੇ ਉਹਨਾਂ ਦੇ ਪਿੰਡ ਜਾਂਦੇ ਹੁੰਦੇ ਤੁਸੀਂ? ਬਿਲਕੁਲ ਜੀ, ਅਸੀਂ ਉਹਨਾਂ ਦੇ ਪਿੰਡ ਗਏ ਹਾਂ। ਹੋਰ ਕਿੰਨੇ ਕੁ ਲੋਕ ਉੱਥੇ ਹੁੰਦੇ ਸੀ ਜਿਵੇਂ? ਉੱਥੇ ਮਤਲਬ ਜਦੋਂ ਵੀ ਅਸੀਂ ਜਾਂਦੇ ਸੀ ਘੱਟੋ ਘੱਟ 100-150 ਬੰਦਾ ਬੈਠਾ ਹੁੰਦਾ ਸੀ, ਚਾਹ ਦਾ ਲੰਗਰ ਤੱਕ ਲੱਗਿਆ ਹੁੰਦਾ ਸੀ, ਹਰ ਇੱਕ ਬੰਦਾ ਬੈਠਾ ਹੁੰਦਾ ਸੀ, ਆਪਦਾ ਦੁੱਖ ਦੱਸ ਰਿਹਾ ਹੁੰਦਾ ਸੀ, ਜਿੰਨੇ ਕੁ ਜੋਗੇ ਸੀ ਉਹ ਮਦਦ ਕਰਦੇ ਸੀ, ਅਸੀਂ ਤਾਂ ਇਹੀ ਦੇਖਿਆ। ਸਾਨੂੰ ਵੀ ਘੰਟੇ ਬਾਅਦ ਵਾਰੀ ਆਈ ਉਹਨਾਂ ਨੂੰ ਮਿਲਣ ਦੀ, ਅਤੇ ਅਨੇਕਾਂ ਲੋਕ ਸੀਗੇ ਜਿਹੜੇ ਏਜੰਟਾਂ ਦੇ ਕੋਲ ਵਿਚਾਰੇ ਫਸੇ ਹੋਏ ਸੀਗੇ, ਅਤੇ ਪਰ ਉਹਨਾਂ ਨੇ ਪੈਸੇ ਕਢਾ ਕੇ ਦਿੱਤੇ। ਇਹ ਗੱਲ ਨਹੀਂ ਹੈ, ਕੁਛ ਏਜੰਟ ਚੰਗੇ ਵੀ ਹੈ, ਕਈ ਏਜੰਟ ਚੰਗੇ ਵੀ ਹੈਗੇ ਆ ਜਿਹੜੇ ਮਤਲਬ ਲੋਕਾਂ 'ਤੇ ਕੰਮ ਕਰਾ ਕੇ ਦਿੰਦੇ ਆ, ਵੀਜ਼ੇ ਆਉਂਦੇ ਆ, ਪਰ ਕੁਛ ਸ਼ੋਸ਼ਣ ਕਰਨ ਵਾਲੇ ਵੀ ਏਜੰਟ ਬੈਠੇ ਆ। ਤੁਹਾਡੇ ਨਾਲ ਬੜੇ ਉਹਨਾਂ ਨੇ ਭਕਾਈ ਕਰਾਈ ਜਿਵੇਂ ਪਹਿਲਾਂ, ਹੈ ਨਾ, 1.5-2 ਸਾਲ ਬਹੁਤ ਕੁਛ ਕੀਤਾ। ਬਿਲਕੁਲ ਜੀ ਬਿਲਕੁਲ, ਹਾਂਜੀ। ਕਿੰਨੇ ਗੇੜੇ ਲਾਏ ਸੀ ਪਹਿਲਾਂ ਤੁਸੀਂ ਚੰਡੀਗੜ੍ਹ? ਚੰਡੀਗੜ੍ਹ ਦੇ 8.5-9 ਗੇੜੇ ਲੱਗੇ ਜੀ। ਠੀਕ ਹੈ, ਹਾਂਜੀ। ਮੋਗੇ ਤੋਂ ਚੰਡੀਗੜ੍ਹ ਦੇਖ ਲਓ, ਇੱਕ ਵਾਰੀ 5-7 ਹਜ਼ਾਰ ਰੁਪਈਆ ਸਾਡਾ ਲੱਗ ਜਾਂਦਾ ਸੀ ਜਾਣ 'ਤੇ। ਬਿਲਕੁਲ, ਉਹ ਖਰਚਾ ਵੱਖਰਾ, ਉਹ ਵੱਖਰਾ ਹੋਇਆ ਜੀ ਖਰਚਾ, ਅਤੇ 1.5 ਸਾਲ ਸਾਡਾ ਪੈਸਾ ਵਰਤੀ ਆਇਆ ਉਹਨਾਂ ਨੇ, ਇਮੀਗ੍ਰੇਸ਼ਨ ਜਿਹੜੀ ਸੀਗੀ। ਜਿਵੇਂ ਤੁਹਾਡੀ ਲੜਕੀ ਦਾ ਵੀਜ਼ਾ ਸੀਗਾ, ਉਹਨੇ ਵੀ ਟੈਨਸ਼ਨ ਵਗੈਰਾ ਲਈ ਹੋਣੀ, ਮੇਰਾ ਵੀਜ਼ਾ ਨਹੀਂ? ਹਾਂਜੀ, ਉਹ ਨਿਰਾਸ਼ ਹੋ ਚੁੱਕੀ ਸੀਗੀ, ਉੱਧਰੋਂ ਪ੍ਰੈਗਨੈਂਟ ਸੀਗੀ ਅਤੇ ਬੜਾ ਪਰੇਸ਼ਾਨ ਸੀਗੀ ਉਹ ਬਹੁਤ ਜ਼ਿਆਦਾ, ਪਰ ਈਸ਼ਵਰ ਦੀ ਕਿਰਪਾ ਦੇ ਨਾਲ ਕੋਈ ਸਬਬ ਬਣਿਆ ਕਿ ਅਸੀਂ ਭਾਨੇ ਸਿੱਧੂ ਜੀ ਕੋਲ ਗਏ ਅਤੇ ਉਹਨਾਂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਸਾਡੇ ਸਾਰੇ ਪੈਸੇ ਵਾਪਸ ਦਵਾਏ, ਜਦਕਿ ਚੈੱਕ ਤੁਹਾਨੂੰ ਤੁਸੀਂ ਦੇਖ ਸਕਦੇ ਹੋ 13,92,000 ਦੇ ਆ, ਪਰ ਅਸੀਂ ਦਿੱਤਾ 15 ਸੀ, ਉਹਨਾਂ ਨੇ ਕੋਈ ਪੈਸਾ ਨਹੀਂ ਕਟਾਉਣ ਦਿੱਤਾ ਭਾਨਾ ਸਿੱਧੂ ਜੀ ਨੇ, 15,15 ਲੱਖ ਰੁਪਇਆ ਵਾਪਸ ਆਇਆ ਸਾਡਾ। ਜਿਵੇਂ ਲੋਕਾਂ ਦਾ ਸਵਾਲ ਆ ਜਿਹੜੇ ਆਮ ਹੁਣ ਟ੍ਰੋਲ ਵੀ ਕਰ ਰਹੇ ਕਿ ਭਾਨੇ ਸਿੱਧੂ ਨੂੰ ਵੀ ਇਹ ਤੁਰਿਆ ਫਿਰਦਾ ਪੈਸੇ ਵੀ ਇਹ ਹੈ ਕੌਣ, ਪਹਿਲੀ ਗੱਲ ਤਾਂ ਨਾ, ਦੂਸਰੀ ਗੱਲ ਉਹ ਕਹਿੰਦੇ ਵੀ ਲੱਖਾਂ ਕਰੋੜਾਂ ਰੁਪਇਆ ਲੋਕਾਂ ਦਾ ਵਾਪਸ ਕਰਾਇਆ, ਵੀ ਐਂ ਹੋ ਹੀ ਨਹੀਂ ਸਕਦਾ ਵੀ ਵਿੱਚੋਂ ਪੈਸੇ ਨਾ ਲੈਂਦਾ ਹੋਵੇ ਉਹ? ਦੇਖੋ ਜੀ, ਸਾਡੇ ਕੋਲ ਰੁਪਈਆ ਵੀ ਨਹੀਂ ਲਿੱਤਾ, ਅਸੀਂ ਕਿਵੇਂ ਕਹਿ ਸਕਦੇ ਹਾਂ? ਵੈਸੇ ਇੱਕ ਤੁਹਾਨੂੰ ਉੱਥੇ ਹੋਰ ਮਿਲਿਆ ਹੋਵੇ ਜਿਹਨੇ ਪੈਸੇ ਦਿੱਤੇ ਹੁਣ ਭਾਨੇ ਸਿੱਧੂ ਨੂੰ ਹੈਗਾ? ਇਹੋ ਜਿਹਾ ਕੋਈ ਵੀ ਨਹੀਂ ਸੀ ਉੱਥੇ। ਹਾਂ, ਇਹ ਬੰਦੇ ਜ਼ਰੂਰ ਮਿਲੇ ਆ ਜਿਨ੍ਹਾਂ ਨੇ ਕਿਹਾ ਵੀ ਬਾਈ ਸਾਡੀ 5 ਲੱਖ ਦਿੱਤਾ ਸੀ, ਕਿਸੇ ਨੇ 7 ਦਿੱਤਾ ਸੀ, ਉਹ ਕਹਿੰਦੇ ਸੀ ਸਾਡੇ 3 ਲੱਖ ਆ ਚੁੱਕੇ ਆ, ਬਾਕੀ ਭਾਨਾ ਸਿੱਧੂ ਜੀ ਦਵਾ ਰਹੇ ਆ ਵਾਪਸ, ਵੀ ਮਤਲਬ ਸਾਰਿਆਂ ਦੇ ਇਹੀ ਸੀਗਾ ਵੀ ਸਾਡੇ ਕੋਲ ਲਿੱਤਾ ਕੁਛ ਨਹੀਂ, ਸੇਵਾ ਜ਼ਰੂਰ ਕੀਤੀ, ਚਾਹ ਪਾਣੀ ਪਿਆਉਂਦੇ ਆ ਅਤੇ ਆਪਦੇ ਪੈਸੇ ਦਵਾ ਦਿੰਦਾ, ਬਾਕੀ ਹੁਣ ਇਹ ਭਾਵਨਾ ਕਿਹੋ ਜਿਹੀ ਹੈ ਅਗਲੇ ਦੀ ਸੇਵਾ ਭਾਵ ਦੀ ਹੈ ਇਹ ਸਾਨੂੰ ਪਤਾ ਵੈ, ਲੋਕਾਂ ਦਾ ਹੁਣ ਕੋਈ ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਬੁਰਾ ਲੱਗਦਾ, ਇਹ ਆਪਦਾ ਆਪਦਾ ਫੈਸਲਾ ਵੈ ਆਪਦੇ। ਜਿਵੇਂ ਭਾਨੇ ਸਿੱਧੂ ਉੱਤੇ ਤਾਂ ਪਰਚਾ ਕਰਤਾ ਹੈ ਨਾ, ਵੀ ਉਹਨੇ ਫਰੌਤੀ ਮੰਗੀ ਹੈ, ਚਲੋ, ਪਰ ਕੀ ਲੱਗਦਾ ਵੀ ਏਜੰਟਾਂ ਉੱਤੇ ਪਰਚੇ ਹੋ ਰਹੇ ਇੰਨੇ ਜਿਹੜੇ ਹੋਣੇ ਚਾਹੀਦੇ ਜਿਹੜੇ ਠੱਗੀ ਮਾਰਦੇ ਲੋਕਾਂ ਦੇ ਨਾਲ? ਦੇਖੋ ਜੀ, ਜਿਹੜੇ ਏਜੰਟ ਠੱਗੀ ਮਾਰਦੇ ਉਹਨਾਂ 'ਤੇ ਤਾਂ ਪਰਚਾ ਹੋਣਾ ਹੀ ਚਾਹੀਦਾ, ਪਰ ਕੁਛ ਏਜੰਟ ਚੰਗੇ ਵੀ ਆ ਜਿਹੜੇ ਪੈਸੇ ਲੈਂਦੇ ਵੀ ਹੈ, ਚਲੋ, ਜੋ ਸਰਕਾਰ ਆਪਣਾ ਟਿਊਸ਼ਨ ਹੈਗੀਆਂ ਵੈ ਯੂਨੀਵਰਸਿਟੀ ਦੀਆਂ ਫੀਸਾਂ ਉਹਨਾਂ ਦਾ ਮਤਲਬ ਜੋ ਦਿੰਦੇ ਆ, ਉਹਨਾਂ ਦੇ ਵੀਜ਼ੇ ਵੀ ਲੱਗਦੇ ਆ, ਉਹ ਸਹੀ ਹੈ, ਜਾਇਜ਼ ਹੈ, ਕੁਛ ਏਜੰਟ ਮਾੜੇ ਵੀ ਹੈ ਜਿਹੜੇ ਮਤਲਬ ਸ਼ੋਸ਼ਣ ਹੀ ਕਰੀ ਜਾ ਰਹੇ ਆ, ਪਰ ਸਰਕਾਰ ਨੂੰ ਚਾਹੀਦਾ ਉਹਨਾਂ ਉੱਪਰ ਪਰਚੇ ਕਰਨ, ਉਹਨਾਂ ਨੇ ਭਾਨੇ 'ਤੇ ਕਰਤਾ ਪਰਚਾ ਚੱਕ ਕੇ। ਇਹ ਹੁਣ ਸਰਕਾਰ ਨੂੰ ਮੰਗ ਹੀ ਕਰ ਸਕਦੇ, ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਇਹਦੀ ਇਨਕੁਆਇਰੀ ਹੈ ਜਿਹੜੀ ਧਿਆਨ ਨਾਲ ਕੀਤੀ ਜਾਵੇ, ਕੀ ਪਤਾ ਵੀ ਨਿਰਦੋਸ਼ ਨੂੰ ਫਸਾਇਆ ਨਾ ਗਿਆ ਹੋਵੇ ਕਿਸੇ ਕੰਮ ਦੇ ਵਿੱਚ।
ਵੈਸੇ ਤੁਹਾਡੀ ਜਾਣਕਾਰੀ ਦੇ ਮੁਤਾਬਕ ਤੁਸੀਂ ਭਾਨੇ ਸਿੱਧੂ ਕੋਲ ਜਾਂਦੇ ਰਹੇ ਹੋ, ਗੱਲਬਾਤ ਹੁੰਦੀ ਰਹੀ ਆ, ਕਿਸੇ ਨੂੰ ਵੀ ਉਹਨੇ ਕਿਹਾ ਹੋਵੇ ਕਦੇ ਵੀ ਯਾਰ ਜਾਂ ਤੂੰ ਮੇਰੇ ਆਹ ਸਮਾਨ ਲਿਆ ਦੇ ਮੈਨੂੰ, ਜਾਂ ਮੇਰਾ ਕਦੇ ਤੇਲ ਪਵਾ ਦੇ ਗੱਡੀ 'ਚ, ਕੋਈ ਚੀਜ਼ ਲਿਆ ਦੇ ਮੈਨੂੰ, ਜਾਂ ਪੈਸੇ ਦੇ ਕੁਛ ਕਿਹਾ ਕਦੇ ਲੱਗਿਆ? ਨਹੀਂ ਜੀ ਨਹੀਂ, ਇਹੋ ਜਿਹਾ ਕੁਛ ਵੀ ਨਹੀਂ ਹੈ। ਅਸੀਂ ਤਾਂ ਸਗੋਂ ਦੀ ਖੁਦ ਜਿਹੜੇ ਮੇਰੇ ਦੋਸਤ ਸੀ, ਮੇਰੇ ਯਾ ਮਤਲਬ ਭਾਈ ਸਾਹਿਬ ਸਾਡੇ ਨਾਲ ਗਏ ਸੀ, ਜਿਨ੍ਹਾਂ ਦੀ ਬੇਟੀ ਹੈ ਭਤੀਜੀ ਸਾਡੀ, ਉਹਨਾਂ ਨੇ ਤਾਂ ਖੁਦ ਕਿਹਾ ਸੀ ਵੀ ਕੋਈ ਸੇਵਾ ਦੱਸੋ। ਉਹ ਕਹਿੰਦੇ ਯਾਰ ਕੁਛ ਵੀ ਨਹੀਂ, ਸਾਨੂੰ ਤਾਂ ਇਹ ਸੀ ਸਾਡੇ 93 ਹੀ ਮਿਲ ਜਾਣ, ਪਰ ਉਹਨਾਂ ਨੇ 15 ਦਵਾਇਆ। ਉਹ ਖਾਣ ਨੂੰ ਕਹਿ ਸਕਦੇ ਸੀ ਵੀ 93 ਆ ਗਿਆ ਜੀ ਤੁਹਾਡਾ, ਅਤੇ ਬਾਕੀ ਲੱਖ ਆਪ ਰੱਖ ਸਕਦੇ ਸੀ, ਕੋਈ ਨਹੀਂ ਰੱਖਿਆ ਸਾਡਾ ਸਗੋਂ ਦੀ 1,00,000 ਰੁਪਇਆ ਪੂਰਾ ਹੋਰ ਵਾਪਸ ਦਵਾਇਆ, 15 ਦਾ 15 ਪੂਰਾ ਆਇਆ ਸਾਡਾ ਤਾਂ। ਤੁਹਾਡੇ ਕੋਈ ਹੋਰ ਜਾਣਕਾਰ ਜਿਨ੍ਹਾਂ ਦੇ ਪੈਸੇ ਹੋਰ ਵਾਪਸ ਆਏ ਹੁਣ ਹੈਗੇ ਕੋਈ? ਉੱਥੇ ਇਹੋ ਜਿਹਾ ਮੇਰਾ ਕੋਈ ਜਾਣਕਾਰ ਨਹੀਂ, ਪਰ ਉੱਥੇ ਲੋਕ ਬਹੁਤ ਜ਼ਿਆਦਾ ਸੀਗੇ, ਸਾਨੂੰ ਜਿਹਨੇ ਲੋਕਾਂ ਨੇ ਦੱਸਿਆ ਸੀਗਾ ਵੀ ਵਾਪਸ ਮਿਲ ਦਵਾ ਦਿੰਦਾ, ਉਹ ਤਾਂ ਹੀ ਬੈਠੇ ਸੀ ਉੱਥੇ ਲੋਕ, 100-150 ਬੰਦਾ ਦੇ ਆਸ ਪਾਸ ਸੀਗਾ, ਰਸ਼ ਬਹੁਤ ਜ਼ਿਆਦਾ ਸੀ, ਅਲੱਗ ਅਲੱਗ ਸ਼ਹਿਰਾਂ ਤੋਂ ਆਏ ਹੋਏ ਸੀ ਲੋਕ ਪੰਜਾਬ ਦੇ। ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਭਾਨੇ ਸਿੱਧੂ ਦਾ ਪੇਜ ਚੱਲਦਾ, ਚੈਨਲ ਵੀ ਚੱਲਦਾ, ਉਹ ਫਿਲਮਾਂ ਵੀ ਬਣਾਉਂਦੇ ਆ, ਸ਼ਾਰਟ ਮੂਵੀ, ਹੈ ਨਾ, ਕਾਫੀ ਉਹਨਾਂ ਦਾ ਜਿਵੇਂ ਆਨਲਾਈਨ ਕੰਮ ਕਾਰੋਬਾਰ ਹੈਗਾ, ਲੱਗਦਾ ਵੀ ਅਜਿਹਾ ਬੰਦਾ 10,000 ਰੁਪਇਆ ਮੰਗ ਸਕਦਾ ਕਿਸੇ ਤੋਂ? ਮੈਂ ਨਹੀਂ ਮੰਨਦਾ ਜੀ ਕੋਈ 10,000 ਵਾਲੀ ਗੱਲ, ਪਰ ਗੱਲ ਸਮਝੋ ਸਰ ਤੁਸੀਂ, ਮੈਂ ਇਹ ਕਹਿ ਰਿਹਾ ਜੇ ਮਤਲਬ 13,92,000 ਵਾਲਾ ਸੀਗਾ, ਉਹ ਦਿਨ ਚੈੱਕ ਦਿੱਤੇ, ਤੁਹਾਨੂੰ ਮੈਂਸ਼ਨ ਵੀ ਕਰਤੇ ਆ, ਸਾਡੇ ਬੱਚੇ ਦਾ ਨਾਂ ਲਿਖਿਆ ਸਾਰਾ ਕੁਛ ਹੈ ਇੱਥੇ, ਅਤੇ ਕਿੰਨੇ ਅਮਾਊਂਟਾਂ ਪਾਈਆਂ ਹੋਈਆਂ, ਅਤੇ ਜੇ 93,92,000 ਦੇ ਵਿੱਚ ਸਾਨੂੰ ਉਹ 93,92,000 ਹੀ ਦੇ ਦਿੰਦੇ, ਅਸੀਂ ਖੁਸ਼ ਹੋ ਜਾਣਾ ਸੀ ਵੀ ਸਾਡਾ ਚੱਲ 1,00,000 ਕੱਟ ਕੇ ਵੀ ਆ ਗਿਆ। ਪਰ ਉਹਨਾਂ ਨੇ ਉਹ 1,00,000 ਰੱਖ ਵੀ ਸਕਦੇ ਸੀ, ਭਾਨਾ ਸਿੱਧੂ ਨਹੀਂ ਰੱਖਿਆ, ਉਹਨਾਂ ਨੇ ਸਾਨੂੰ ਪੂਰਾ 15,00,000 ਹੀ ਦਿੱਤਾ, ਸਾਨੂੰ ਤਾਂ 15,00,000 ਹੀ ਦਵਾਇਆ, ਅਤੇ 10,000 ਜਿਹੜਾ ਬੰਦਾ 1,00,000 ਦੀ ਔਫਰ ਖਾ ਰੱਖ ਸਕਦਾ ਸੀ ਉਹ ਨਹੀਂ ਖਾਧਾ ਉਹਨੇ, ਅਤੇ ਹੁਣ ਉਹ 10,000 ਰੁਪਇਆ ਤਾਂ ਕਿਉਂ ਲਊਗਾ? ਮੈਨੂੰ ਤਾਂ ਸਮਝ ਨਹੀਂ ਆ ਰਹੀ ਇਹ ਗੱਲ ਕਿਉਂ ਹੈ। ਵੈਸੇ ਵੀ ਜਿਵੇਂ ਹੋਰਾਂ ਲੋਕਾਂ ਦੇ 1,00,000 ਰੁਪਇਆ, ਲੋਕ ਆਪ ਹੀ ਕਹਿਣ ਦੇ ਵਿਚ ਚੱਲੇ ਇੰਨੇ ਪੈਸੇ ਵਾਪਸ ਆ ਗਏ, ਵਿੱਚੋਂ ਕੁਛ ਦੇ ਹੀ ਦੇ ਗਿਆ ਨਾ ਇੱਦਾਂ ਜੀ? ਉਹ 'ਤੇ ਤਾਂ ਜਿਹੜੇ ਲੋਕ ਸੀਗੇ ਉਹ ਦੱਸ ਰਹੇ ਸੀਗੇ, ਜਿਹੜੇ ਉਹਨਾਂ ਦੇ ਸੱਜਣ ਮਿੱਤਰ ਬੈਠੇ ਸੀ ਉਹ ਕਹਿੰਦੇ ਘੱਟੋ ਘੱਟ 100 ਕਰੋੜ ਦੇ ਆਸ ਪਾਸ ਲੋਕਾਂ ਦਾ ਪੈਸਾ ਵਾਪਸ ਦਵਾ ਚੁੱਕੇ ਹੋਣਗੇ ਇਹ, ਇੰਨੀ ਵੱਡੀ ਅਮਾਊਂਟਾਂ ਹੈ ਜਿਹੜੀਆਂ, ਵੀ ਲੋਕ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਉਂਦੇ ਆ, ਕਿਉਂਕਿ ਦੇਖੋ ਜੀ 15,00,000-20,00,000 ਤਾਂ ਆਮ ਹੀ ਹੋਇਆ ਪਿਆ ਵੈ, ਅਤੇ ਜੇ 10-20 ਬੰਦੇ ਹੋਏ ਤਾਂ ਗੱਲ ਤਾਂ 2 ਕਰੋੜ ਤਾਂ ਆਮ ਹੀ ਬਣ ਗਿਆ 10 ਬੰਦਿਆਂ ਦਾ, ਜੇ 100-1,000 ਬੰਦੇ ਹੋਏ ਤਾਂ ਕਿੱਥੇ ਗੱਲ ਜਾ ਵੜੀ? ਜਿੰਨੇ ਮਰਜ਼ੀ ਪੈਸੇ ਲੈ ਸਕਦੇ ਲੈਣੇ ਹੋ? ਬਿਲਕੁਲ ਜੀ ਬਿਲਕੁਲ ਲੈ ਸਕਦੇ ਪੈਸੇ, ਪਰ ਉਹਨਾਂ ਨੇ ਸਾਡੇ ਕੋਲ ਕੋਈ ਪੈਸਾ ਨਹੀਂ ਲਿੱਤਾ ਜੀ। 10,000 ਦਾ ਸਮੇਂ ਤੋਂ ਬਾਹਰ ਆ, ਵੀ ਉਹ ਕਿਵੇਂ ਕਿਸੇ ਤੋਂ ਮੰਗਿਆ ਕੀ ਹੈ ਇਹ ਤਾਂ ਸਮੇਂ ਤੋਂ ਬਾਹਰ ਆ, ਰੱਬ ਜਾਣਦਾ। ਹੁਣ ਆਖਰੀ ਸਵਾਲ ਆ, ਜਿਵੇਂ ਉਹਨਾਂ ਨੇ ਲੋਕਾਂ ਦੇ ਪੈਸੇ ਵਾਪਸ ਕਰਾਏ, ਤੁਹਾਡੇ ਕਰਾਏ, ਹੋਰਾਂ ਕਈਆਂ ਤੁਸੀਂ ਕਹਿੰਦੇ ਹੋ ਕਰਾਏ, ਲੱਗਦਾ ਵੀ ਉਹ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੁਣ ਉਹ ਜੇਲ੍ਹ ਦੇ ਵਿੱਚ ਆ ਜਿਵੇਂ? ਬਿਲਕੁਲ ਜੀ ਸਾਥ ਦੇਣਾ ਚਾਹੀਦਾ ਵੈ, ਦੇਖੋ ਜੀ ਜੇ ਉਹਦੇ ਨਾਲ ਧੱਕਾ ਹੋਇਆ ਭਾਨਾ ਸਿੱਧੂ ਨਾਲ, ਤਾਂ ਉਸ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਵੈ, ਮਾਲਕ ਨੂੰ ਪਤਾ ਹੈ ਸੱਚ ਕੀ ਆ, ਉਸ ਪਰਮੇਸ਼ੁਰ ਨੂੰ ਤਾਂ ਪਤਾ ਹੈ, ਜੇ ਸਾਡੇ ਕੋਲ ਪੈਸੇ ਨਹੀਂ ਲਿੱਤੇ ਉਹਨੇ ਐਕਸਟਰਾ ਕੋਈ, ਤਾਂ ਉਹ ਦੂਜਿਆਂ ਕੋਲ ਕਿਉਂ ਲਿੱਤੇ ਹੋਣਗੇ? 10,000 ਰੁਪਇਆ ਜਿਹੜੇ ਬੰਦੇ ਨੂੰ 1,00,000 ਰੁਪਇਆ ਸਾਡੇ ਵਾਲੇ 'ਚੋਂ ਬਣਾ ਸਕਦਾ ਸੀ, ਉਹਨੇ ਉਹਦੇ 'ਚੋਂ 10,000 ਤਾਂ ਉਹਨੇ 1,00,000 ਤਾਂ ਲਿੱਤਾ ਨਹੀਂ, ਅਤੇ 10,000 ਰੁਪਏ ਵਿੱਚ ਇਹੋ ਜਿਹਾ ਬੰਦਾ ਤਾਂ ਵੇਖ ਹੀ ਨਹੀਂ ਸਕਦਾ, ਮੈਂ ਨਹੀਂ ਮੰਨਦਾ ਜੀ ਇਹ ਚੀਜ਼। ਬਿਲਕੁਲ, ਹੁਣ ਜੇ ਲੋੜ ਪਈ ਤਾਂ ਲੋਕ ਜਾਣਗੇ ਉਹਦੇ ਨਾਲ, ਲੱਗਦਾ ਜਿਨ੍ਹਾਂ ਦੇ ਪੈਸੇ ਵਾਪਸ ਆਏ ਆ? ਨਹੀਂ, ਬਾਕੀ ਕਿਸੇ ਦਾ ਤਾਂ ਪਤਾ ਨਹੀਂ ਜੀ, ਜੇ ਸਾਡੇ ਪਰਿਵਾਰ ਨੂੰ ਜਿਹੜੇ ਮੇਰੇ ਹੈਗੇ ਆ ਜਿਹੜੀ ਭਤੀਜੀ ਆ, ਉਹ ਤਾਂ ਕਹਿੰਦੇ ਬੱਚੀ ਵੀ ਨਾਲ ਜਾਣ ਲਈ ਤਿਆਰ ਆ, ਵੀ ਦੱਸੋ ਕੀ ਹੈ, ਵੀ ਸਾਡੇ ਕੋਲ ਤਾਂ ਕੋਈ ਰੁਪਈਆ ਨਹੀਂ ਖਾਧਾ, ਜਿਹੜੀ ਕੁੜੀ ਸੁਸਾਈਡ ਕਰਨ ਦੀਆਂ ਗੱਲਾਂ ਸੋਚਦੀ ਸੀ ਵੀ ਮੇਰੇ ਘਰ ਵਾਲੇ ਦੇ ਪੈਸੇ ਫਸ ਗਏ ਆ, ਮੈਂ ਪ੍ਰੈਗਨੈਂਟ ਹਾਲਾਤ ਦੇ ਵਿੱਚ ਹੈ, ਅਤੇ ਉਹ ਕੀ ਉਹ ਮਤਲਬ ਉਹਦੇ ਟਾਈਮ ਬੜਾ ਔਖਾ ਸੀਗਾ, ਅਤੇ ਉਹਨੂੰ ਉਸ ਟਾਈਮ 'ਚੋਂ ਬਾਹਰ ਕੱਢ ਕੇ ਕੁੜੀ ਦੇ ਉੱਤੇ ਤਰਸ ਕੀਤਾ ਉਹਨੇ ਬੱਚੀ 'ਤੇ, ਅਤੇ ਆਪਦਾ ਭੈਣ ਆਪਦੀ ਬੱਚੀ ਸਮਝ ਕੇ ਉਹਦੇ ਪੈਸੇ ਸਾਰੇ ਵਾਪਸ ਦਵਾਏ ਆ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਜੀ। ਤਾਂ ਗੱਲਬਾਤ ਕੀਤੀ ਤੁਸੀਂ, ਹਰ ਇੱਕ ਗੱਲਬਾਤ ਸੁਣੀ ਕਿ ਕਿਵੇਂ ਪਰਿਵਾਰ ਟੈਨਸ਼ਨ ਦੇ ਵਿੱਚ ਚਲਾ ਗਿਆ ਸੀ। 15-16 ਲੱਖ ਰੁਪਏ ਜਦੋਂ ਕਿਸੇ ਦਾ ਫਸ ਜੇ ਤਾਂ ਟੈਨਸ਼ਨ ਹੋ ਹੀ ਜਾਂਦੀ ਹੈ, ਕਿਉਂਕਿ 15-16 ਲੱਖ ਕਮਾਉਣਾ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਆਖਿਆ ਕਿ ਹੁਣ ਤੱਕ ਤਕਰੀਬਨ 100 ਕਰੋੜ ਰੁਪਇਆ ਜਾਂਡਾ ਤੋਂ ਵਾਪਸ ਕਰਵਾ ਚੁੱਕਿਆ ਭਾਨਾ ਸਿੱਧੂ। ਜੇ ਪੈਸੇ ਲੈਣੇ ਹੁੰਦੇ ਤਾਂ ਉਹ ਉਹਦੇ ਵਿੱਚੋਂ ਲੈਣਾ ਹੁੰਦਾ, ਅਸੀਂ ਖੁਦ ਵੀ ਦੇਣ ਨੂੰ ਤਿਆਰ ਸੀ, ਬੜੇ ਲੋਕ ਆਉਂਦੇ ਆ ਗਿਫਟ ਦੇਣ ਆਉਂਦੇ ਆ, ਪਰ ਉਹ ਵਾਪਸ ਮੋੜ ਦਿੰਦਾ, ਤਾਂ 10,000 ਰੁਪਏ ਵਾਲੀ ਗੱਲ। ਉਮੀਦ ਕਰਦੇ ਹਾਂ ਕਿ ਇਹਦੇ ਉੱਪਰ ਚੰਗੀ ਤਰ੍ਹਾਂ ਛਾਣਬੀਨ ਹੋਊਗੀ, ਸਾਰੇ ਸਬੂਤ ਦੇਖੇ ਜਾਣਗੇ, ਫਿਰ ਕੋਈ ਫੈਸਲਾ ਲਿਆ ਜਾਂਦਾ ਤਾਂ ਚੰਗਾ। ਦੇਖਦੇ ਰਹੋ ਲੋਕ ਵਾਸਤੇ ਵੀ, ਧੰਨਵਾਦ।